ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ, ਫਾਊਂਡਰ ਵਿਨਿਊਰ ਇੰਗਲਿਸ਼। ਅੱਜ ਮੈਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਵੀਜ਼ਾ ਆਇਆ ਹੈ ਗੁਰਕੀਰਤ ਕੌਰ, ਜੋ ਕਿ ਫਰੀਦਕੋਟ ਤੋਂ ਨੇ, ਗੁਰਕੀਰਤ ਦੇ ਫਾਦਰ ਸਾਹਿਬ ਆਏ ਨੇ ਵੀਜ਼ਾ ਰਿਸੀਵ ਕਰਨ। ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਆਹ ਵੀਜ਼ਾ ਦੀ ਪਿਕਚਰ ਹੈ। ਔਰ ਦਵਿੰਦਰ ਜੀ ਦੱਸਣਗੇ ਕਿ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਵਿਨਿਊਰ ਇੰਗਲਿਸ਼ ਦੇ ਨਾਲ, ਜਦੋਂ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਅਤੇ ਵੀਜ਼ਾ ਆਉਣ ਤੱਕ। ਹਾਂਜੀ ਬਾਪੀ ਜੀ, ਬਹੁਤ ਧੰਨਵਾਦ ਤੁਹਾਡਾ, ਜਦੋਂ ਤੁਹਾਨੂੰ ਮਿਲਿਆ ਬਹੁਤ ਖੁਸ਼ੀ ਹੋਈ। ਥੈਂਕ ਯੂ। ਮੇਰੇ ਜਦੋਂ ਇੰਗਲਿਸ਼ ਜਗਾਉਣ ਦੇ ਵਿੱਚ ਸਾਡਾ ਇਹਨਾਂ ਨਾਲ ਸੰਪਰਕ ਹੋਇਆ, ਜਦੋਂ ਮਿਲੇ ਅਤੇ ਮਿਲ ਕੇ ਇਹਨਾਂ ਨਾਲ ਗੱਲਬਾਤ ਕੀਤੀ ਅਤੇ ਬੱਚੇ ਬਾਰੇ ਦੱਸਿਆ, ਮੈਡੀਕਲ ਦਾ ਜੋ ਸਬਜੈਕਟ ਹੈ ਇਹਨਾਂ ਨੇ ਕੀਤਾ, ਅਤੇ ਇਹਨਾਂ ਨੇ ਸਾਨੂੰ ਬੜੀ ਵਧੀਆ ਸੇਵਾਵਾਂ ਦਿੱਤੀਆਂ, ਅਤੇ ਜੋ ਕਿ ਸਾਨੂੰ ਮਤਲਬ ਬੜੀ ਜਲਦੀ ਵੀਜ਼ਾ ਦਿੱਤਾ ਉਹਨਾਂ ਨੇ, ਅਤੇ ਬਹੁਤ ਹੀ ਵਧੀਆ ਲੱਗਾ, ਬਹੁਤ ਹੀ ਛੇਤੀ ਇਹਨਾਂ ਨੇ ਕੰਪਲੀਟ ਕੀਤਾ। ਸੋ ਤੁਸੀਂ ਵਿਨਿਊਰ ਇੰਗਲਿਸ਼ ਨੂੰ ਫਰਦਰ ਰਿਕਮੈਂਡ ਕਰਨਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ? ਬਿਲਕੁਲ ਜੀ, ਜਿਵੇਂ ਤੁਹਾਡੀਆਂ ਸੇਵਾਵਾਂ 'ਤੇ ਬੜੇ ਪਿਆਰ ਸਾਹਿਬ ਤੁਸੀਂ ਸਾਨੂੰ ਸਮਝਾਇਆ, ਅਤੇ ਇਹ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਨੂੰ ਮਿਲੋ ਆ ਕੇ, ਆਪਦੀਆਂ ਜੋ ਵੀ ਬੱਚਿਆਂ ਦਾ ਸਟੱਡੀ ਬਾਰੇ ਤੁਸੀਂ ਗੱਲਬਾਤ ਕਰਨੀ ਹੈ, ਅਤੇ ਤੁਹਾਡੇ ਬਹੁਤ ਹੀ ਜਲਦੀ ਅਤੇ ਬੜੇ ਵਧੀਆ ਤਰੀਕੇ ਨਾਲ ਤੁਹਾਡਾ ਵੀਜ਼ਾ ਰੱਖ ਦੇਣਗੇ ਬੱਚਿਆਂ ਵਿੱਚ। ਸੋ ਮੈਂ ਸਾਰੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਵੀਜ਼ਾ ਅਪਲਾਈ ਕਰਨ ਤੋਂ ਐਂਡ ਤੱਕ ਇੱਕ ਬਹੁਤ ਵੱਡੀ ਫਾਈਟ ਹੁੰਦੀ ਹੈ। ਸੋ ਰਾਈਟ ਕੰਸਲਟੈਂਟ ਨੂੰ ਜ਼ਰੂਰ ਸਿਲੈਕਟ ਕਰੋ, ਇੱਕ ਵਾਰ ਸਾਡੇ ਕੋਲ ਆਓ, ਵਿਜ਼ਿਟ ਕਰੋ। ਜਗਰਾਓਂ ਸਾਡਾ ਆਫਿਸ ਹੈ, ਕਾਲ ਅਸ ਐਟ 7973160270। ਫਰੋਮ ਦਾ ਬਿਗਨਿੰਗ ਆਫ ਦਾ ਕੋਰਸ ਸਿਲੈਕਸ਼ਨ ਟਿਲ ਦਾ ਐਂਡ ਅਸੀਂ ਇੱਕ ਇੱਕ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਾਂਗੇ। ਹੈਸਲ ਫਰੀ ਸਰਵਿਸਿਜ਼ ਨੇ, ਤੁਹਾਨੂੰ ਕੋਈ ਹਰਾਸਮੈਂਟ ਨਹੀਂ ਹੋਏਗੀ। ਬਹੁਤ ਸਾਰੇ ਕੰਸਲਟੈਂਟਸ ਵਿਦਆਊਟ ਐਨਾਲਾਈਜ਼ ਕੀਤੇ ਅਪਲਾਈ ਕਰ ਦਿੰਦੇ, ਜਿਹਦਾ ਰਿਜ਼ਲਟ ਵੀਜ਼ਾ ਰਿਫਿਊਜ਼ਲ ਹੈ। ਔਰ ਸਭ ਤੋਂ ਵੱਡੀ ਗੱਲ, 5:30 'ਤੇ ਵੀਜ਼ਾ ਬਿਲਕੁਲ ਅਪਲਾਈ ਨਾ ਕਰੋ, 6 ਬੈਂਡ 'ਤੇ ਅਪਲਾਈ ਕਰੋ ਇਫ ਯੂ ਵਾਂਟ ਦਾ ਰੀਅਲ ਸਕਸੈਸ। ਸੋ ਵਿਨਿਊਰ ਇੰਗਲਿਸ਼ 'ਤੇ ਆਓ ਔਰ ਖੁਸ਼ਖਬਰੀਆਂ ਲੈ ਕੇ ਜਾਓ।